ਮੇਰਾ ਨਾਮ ਰਮਨਦੀਪ ਸਿੰਘ ਹੈ ਜੀ ਮੈਂ ਲੁਧਿਆਣਾ ਸ਼ਹਿਰ ਤੋਂ ਬਿਲੋਂਗ ਕਰਦਾ ਜਦੋਂ ਕਰੋਨਾ ਵਾਇਰਸ ਦਾ ਸੰਕਟ ਸ਼ੁਰੂ ਹੋਇਆ ਉਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਆਪਣੀ ਜੌਬਾਂ ਗਵਾਈਆਂ ਅਤੇ ਉਹਨਾਂ ਵਿੱਚੋਂ ਇੱਕ ਮੈਂ ਵੀ ਸੀ ਮੈਂ ਇੱਕ ਵਧੀਆ MNC ਦੇ ਵਿੱਚ ਆਪਣਾ ਮਾਰਕੀਟਿੰਗ ਮੈਨੇਜਰ ਦੀ ਜੌਬ ਕਰਦਾ ਪਿਆ ਸੀ ਅਤੇ ਪਰ ਜਦੋਂ ਕਰੋਨਾ ਵਾਇਰਸ ਦਾ ਕਹਿਰ ਵਰਸਿਆ ਲੋਕਾਂ 'ਤੇ ਜਦੋਂ ਲੋਕਡਾਊਨ ਸ਼ੁਰੂ ਹੋਇਆ ਉਦੋਂ ਕੰਪਨੀਆਂ ਨੇ ਸਾਰੇ ਵਰਕਰਾਂ ਨੂੰ ਕਹਿਤਾ ਕਿ ਤੁਸੀਂ ਘਰੇ ਬੈਠੋ ਕਿ ਹੁਣ ਜਿਹੜੀ ਕੰਪਨੀ ਹੈ ਤੁਹਾਨੂੰ ਵਰਕ ਫਰੋਮ ਹੋਮ ਦੇ ਰਹੀ ਹੈ ਸੋ ਅਸੀਂ ਸੋਚਿਆ ਕਿ ਵਰਕ ਫਰੋਮ ਹੋਮ ਪਤਾ ਨਹੀਂ ਕਦੋਂ ਤੱਕ ਹੋਏਗਾ ਜਾਂ ਇਹ ਚਲੋ ਇੱਕ ਵਧੀਆ ਵੀ ਲੱਗ ਰਿਹਾ ਸੀ ਪਹਿਲਾਂ ਵਧੀਆ ਵੀ ਲੱਗਿਆ ਸਾਨੂੰ ਕਿ ਵਰਕ ਫਰੋਮ ਹੋਮ ਹੋ ਰਿਹਾ ਸੋ ਕਿਤੇ ਜਾਣ ਆਉਣ ਦੀ ਲੋੜ ਨਹੀਂ ਪਏਗੀ ਘਰੇ ਬੈਠੇ ਬੈਠੇ ਸਾਰਾ ਕੰਮ ਹੋਏਗਾ ਪਰ ਜਿਵੇਂ ਜਿਵੇਂ ਲੋਕਡਾਊਨ ਵੱਧਦਾ ਗਿਆ ਕੰਪਨੀ ਵੀ ਮਜਬੂਰ ਹੋ ਗਈ ਕੰਪਨੀ ਨੂੰ ਵੀ ਲੱਗਿਆ ਕਿ ਹੁਣ ਅਸੀਂ ਅਫੋਰਡ ਨਹੀਂ ਕਰ ਸਕਦੇ ਸਟਾਫ ਨੂੰ ਸੋ ਕੰਪਨੀ ਨੇ ਵੀ ਇੱਕ ਸਟੈਪ ਚੱਕਿਆ ਕੰਪਨੀ ਨੇ ਵੀ ਸਾਨੂੰ ਕਹਿਤਾ ਕਿ ਹੁਣ ਤੁਸੀਂ ਜੌਬ 'ਤੇ ਦੁਬਾਰਾ ਜੁਆਇਨ ਨਹੀਂ ਕਰ ਸਕਦੇ ਸੋ ਤੁਹਾਨੂੰ ਰਿਲੀਵ ਕੀਤਾ ਜਾਂਦਾ ਤੁਹਾਡੀ ਡਿਊਟੀ ਤੋਂ ਸੋ ਇੱਕ ਤਰ੍ਹਾਂ ਬਹੁਤ ਧੱਕਾ ਲੱਗਿਆ ਉਸ ਟਾਈਮ 'ਤੇ ਸੋਚਿਆ ਕਿ ਹੁਣ ਕਰਿਆ ਕੀ ਜਾ ਸਕਦਾ ਸੀ ਪਰ ਲੋਕਡਾਊਨ ਹੀ ਇੱਦਾਂ ਦਾ ਚੱਲ ਰਿਹਾ ਸੀ ਅਤੇ ਮਾਰਚ ਅਪ੍ਰੈਲ ਮਈ ਜਿੰਨਾ ਦੇਰ ਵੀ ਅਸੀਂ ਘਰੇ ਰਹੇ ਹਾਂ ਸੋ ਉਸ ਟਾਈਮ ਜੌਬ ਤਾਂ ਕੋਈ ਲੱਭ ਨਹੀਂ ਹੋ ਰਹੀ ਸੀ ਪਰ ਜਿੰਨੇ ਵੀ ਹੱਥ ਪੈਰ ਮਾਰਨੇ ਸੀ ਸਾਰੇ ਕੋਸ਼ਿਸ਼ ਕੀਤੀ ਸੋਚਿਆ ਕਿ ਕਦੇ ਨਾ ਕਦੇ ਜੌਬ ਮਿਲ ਜਾਏਗੀ ਟਰਾਈ ਕਰਦੇ ਜਾਵਾਂਗੇ ਬਿਕੋਜ਼ ਓਬਵੀਅਸਲੀ ਜੌਬ ਕੀਤੀ ਹੋਈ ਸੀ ਸੋ ਕਦੀ ਇਹਦਾ ਸੋਚਿਆ ਨਹੀਂ ਸੀ ਕਿ ਜੌਬ ਤੋਂ ਬਿਨਾਂ ਵੀ ਇੱਦਾਂ ਗੁਜ਼ਾਰਾ ਹੋਏਗਾ ਸੋ ਜਿੱਦਾਂ ਜਿੱਦਾਂ ਦਿਨ ਲੰਘਦੇ ਗਏ ਸੈਲਰੀ ਵੀ ਖਤਮ ਹੁੰਦੀ ਗਈ ਜਿੰਨੀ ਆਈ ਸੀ ਉਹ ਤੋਂ ਬਾਅਦ ਜੋ ਤੁਹਾਡੀ ਸੇਵਿੰਗ ਸੀ ਉਹ ਵੀ ਡਰੇਨ ਆਊਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਫਿਰ ਬੰਦਾ ਸੋਚਦਾ ਰਹਿੰਦਾ ਕਿ ਚਲੋ ਮੌਸਮ ਠੀਕ ਹੋਏਗਾ ਫਿਰ ਹਾਲਾਤ ਬਦਲਣਗੇ ਫਿਰ ਅਸੀਂ ਕਿਤੇ ਨਾ ਕਿਤੇ ਨੌਕਰੀ 'ਤੇ ਲੱਗਾਂਗੇ ਸੋ ਮੈਂ ਆਪਣੇ ਰਿਜ਼ਿਊਮ ਭੇਜਣੇ ਸ਼ੁਰੂ ਕਰਤੇ ਸਾਰੇ ਪਾਸੇ ਰਿਜ਼ਿਊਮ ਭੇਜਦੇ ਗਏ ਰਿਜ਼ਿਊਮ ਭੇਜਣ ਤੋਂ ਬਾਅਦ ਵੀ ਕੋਈ ਰਿਪਲਾਈ ਨਹੀਂ ਆਇਆ ਜੇ ਰਿਪਲਾਈ ਆਉਂਦਾ ਸੀ ਕੰਪਨੀਆਂ ਦਾ ਤਾਂ ਉਹ ਸੈਲਰੀ ਨਹੀਂ ਮਿਲਣੀ ਸੀ ਸੋ ਬੜਾ ਔਖਾ ਟਾਈਮ ਹੋ ਗਿਆ ਸੀ ਉਹ ਗੁਜ਼ਾਰਨਾ ਕਿ ਮਤਲਬ ਕਰੀਏ ਕੀ ਪਰ ਵਿਹਲਾ ਰਹਿਣਾ ਨਹੀਂ ਚਾਹੁੰਦਾ ਸੀ ਮੈਂ ਕਿਉਂਕਿ ਮੇਰੀ ਇੱਕ ਫੈਮਿਲੀ ਹੈਗੀ ਹੈ ਸੋ ਮੈਂ ਚਾਹੁੰਦਾ ਸੀ ਕਿ ਮਤਲਬ ਕੁਛ ਨਾ ਕੁਛ ਕੰਮ ਮੈਂ ਕਰਦਾ ਹੀ ਰਵਾਂ ਕਿਉਂਕਿ ਇੱਕ ਬੰਦੇ ਨੇ ਜਿਹਨੇ ਜੌਬ ਕੀਤੀ ਉਹ ਵਿਹਲਾ ਜ਼ਿਆਦਾਤਰ ਘਰੇ ਨਹੀਂ ਬਹਿ ਸਕਦਾ ਸੋ ਸੋਚਦੇ ਰਹਿੰਦੇ ਸੀ ਸੇਵਿੰਗ ਵੀ ਖਤਮ ਹੋ ਚੁੱਕੀ ਸੀ ਸੋ ਸੋਚਿਆ ਕਿ ਕੁਛ ਕੀਤਾ ਜਾਵੇ ਕੁਛ ਆਪਣੇ ਹੀ ਕੀਤਾ ਜਾਵੇ ਜੇ ਜੌਬ ਨਹੀਂ ਮਿਲਦੀ ਪਈ ਤਾਂ ਕੁਛ ਆਪਣੇ ਹੀ ਕਰਕੇ ਦੇਖੀਏ ਸੀ ਸੋ ਯੂਟਿਊਬ 'ਤੇ ਬਹੁਤ ਸਰਚ ਕੀਤਾ ਬਹੁਤ ਚੀਜ਼ਾਂ ਦੇਖੀਆਂ ਬਿਜ਼ਨਸ ਦੇਖੇ ਸਮਾਲ ਸੈਟਅਪ ਬਿਜ਼ਨਸ ਦੇਖੇ ਪਰ ਤੁਹਾਨੂੰ ਪਤਾ ਕਿ ਜਿਹੜਾ ਵੀ ਇੱਕ ਸਮਾਲ ਬਿਜ਼ਨਸ ਵੀ ਹੁੰਦਾ ਉਹਦੇ ਵਿੱਚ ਖਰਚਾ ਕਿਤੇ ਵੀ ਹੋ ਸਕਦਾ 10,000 ਤੋਂ ਲੈ ਕੇ ਲੱਖਾਂ ਰੁਪਈਏ ਦਾ ਖਰਚਾ ਹੋ ਸਕਦਾ ਸੋ ਉਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਸੀ ਉਹਨਾਂ ਚੀਜ਼ਾਂ ਨੂੰ ਵੀ ਦਿਮਾਗ ਦੇ ਵਿੱਚ ਰੱਖ ਕੇ ਸੋਚਿਆ ਕਿ ਕੁਛ ਇੱਦਾਂ ਦੀ ਚੀਜ਼ ਕੀਤੀ ਜਾਵੇ ਜਿਹਦੇ ਵਿੱਚ ਖਰਚਾ ਘੱਟ ਤੋਂ ਘੱਟ ਹੋਵੇ ਅਤੇ ਆਪਾਂ ਕੁਝ ਸ਼ੁਰੂ ਕਰ ਸਕੀਏ ਸੋ ਖਾਣ ਪੀਣ ਦਾ ਕੰਮ ਇੱਕ ਭਾਅ ਜੀ ਇੱਦਾਂ ਦਾ ਕੰਮ ਹੈ ਕਿ ਜਿਹਦੇ ਵਿੱਚ ਹਮੇਸ਼ਾ ਤੋਂ ਹੀ ਮੇਰਾ ਇੰਟਰਸਟ ਰਿਹਾ ਝੁਕਾਵ ਰਿਹਾ ਕਿਉਂਕਿ ਆਪਾਂ ਪੰਜਾਬੀ ਬੰਦੇ ਹਾਂ ਸੋ ਖਾਣ ਪੀਣ ਦੇ ਵਿੱਚ ਸਾਨੂੰ ਉੱਦਾਂ ਹੀ ਬੜਾ ਇੰਟਰਸਟ ਰਹਿੰਦਾ ਸੋ ਸੋਚਿਆ ਕੁਛ ਆਪਣਾ ਖਾਣ ਪੀਣ ਦਾ ਕੰਮ ਦੇਖਾਂਗੇ ਪਰ ਖਾਣ ਪੀਣ ਦੇ ਕੰਮ ਲਈ ਵੀ ਤੁਸੀਂ ਦੇਖੋ ਪੈਸੇ ਬਹੁਤ ਜ਼ਿਆਦਾ ਚਾਹੀਦੇ ਆ ਬਾਕੀ ਸਰ ਛੋਟਾ ਜਿਹਾ ਸੈਟਅਪ ਰੱਖਿਆ ਹੋਇਆ ਅੰਦਰ ਜਿਵੇਂ ਕੰਟੇਨਰਸ ਵਗੈਰਾ ਜਿਹੜੇ ਹੁੰਦੇ ਆ ਕਿਉਂਕਿ ਹਵਾ ਬਾਹਰ ਬਹੁਤ ਤੇਜ਼ ਚੱਲਦੀ ਹੁੰਦੀ ਕਈ ਵਾਰੀ ਸੋ ਉੱਡਣ ਨਾ ਤਾਂ ਕਰਕੇ ਵਧੀਆ ਗੱਡੀ ਦੇ ਵਿੱਚ ਸਾਫ਼ ਸੁਥਰੀ ਜਗ੍ਹਾ 'ਤੇ ਰੱਖੀ ਹੁੰਦੀ ਸਾਰੀ ਚੀਜ਼ਾਂ ਪਿਆਜ਼ ਨੇ ਜੀ ਮਿਰਚਾਂ ਤੜਕੀਆਂ ਹੋਈਆਂ ਨੇ ਉਹ ਤੋਂ ਬਾਅਦ ਹਰੀ ਚਟਨੀ ਹੁੰਦੀ ਹੈ ਜੀ ਘਰ ਦੀ ਬਣੀ ਹੋਈ ਉਹ ਨਾਲ ਰੱਖੀ ਹੁੰਦੀ ਹੈ ਜਿਵੇਂ ਕਿਸੇ ਦੀ ਰਿਕੁਆਇਰਮੈਂਟ ਹੋਵੇ ਉਹ ਤਾਂ ਉਹਨੂੰ ਦੇ ਦੇਈਦਾ ਚਟਨੀ ਜਿਹੜੀ ਹੈ ਚਟਨੀ ਸਰ ਗ੍ਰੀਨ ਚਟਨੀ ਇੱਕ ਮਿੰਟ ਧਨੀਏ ਪੁਦੀਨੇ ਦੀ ਚਟਨੀ ਹੈ ਸਰ ਪ੍ਰੋਪਰ ਸੋ ਇਹ ਲੋਕਾਂ ਨੂੰ ਬਹੁਤ ਪਸੰਦ ਆਉਂਦੀ ਹੈ ਕਿਉਂਕਿ ਚਟਨੀ ਹਰ ਵੀ ਬੰਦਾ ਖਾਂਦਾ ਇਹ ਚੀਜ਼ਾਂ ਰੱਖੀਆਂ ਜੀ ਤਿੰਨ ਜਿਹੜੀਆਂ ਅਸੈਂਸ਼ੀਅਲ ਨਾਲ ਜਾਂਦੇ ਜਾਂਦੇ ਹਰ ਰਾਜਮਾ ਚਾਵਲ ਅਤੇ ਕੜੀ ਚਾਵਲ ਦੀ ਪਲੇਟ ਫਿਰ ਜਦੋਂ ਕਾਫੀ ਸਰਚ ਕੀਤਾ ਫਿਰ ਇਹ ਦੇਖਿਆ ਕਨਸੈਪਟ ਦੇਖਿਆ ਕਿ ਗੱਡੀ ਦੇ ਵਿੱਚ ਹੀ ਲੋਕਾਂ ਨੇ ਆਪਣਾ ਕੰਮ ਸ਼ੁਰੂ ਕਰ ਲਿਆ ਹੋਇਆ ਫਿਰ ਗੱਡੀ ਹੈਗੀ ਸੀ ਮੇਰੇ ਕੋਲ ਸੋ ਸੋਚਿਆ ਕਿ ਹੁਣ ਕੰਮ ਕਿਵੇਂ ਸ਼ੁਰੂ ਕੀਤਾ ਜਾਵੇ ਸੋ ਇਹ ਚੀਜ਼ ਨੂੰ ਲੈ ਕੇ ਹੀ ਦਿਮਾਗ ਦੇ ਵਿੱਚ ਕੁਛ ਇੱਦਾਂ ਦਾ ਕੀਤਾ ਕਿ ਜਿਹੜਾ ਗੱਡੀ ਦੇ ਵਿੱਚ ਹੀ ਸ਼ੁਰੂ ਹੋ ਸਕੇ ਸੋ ਰਾਜਮਾ ਚਾਵਲ ਅਤੇ ਕੜੀ ਚਾਵਲ ਦਾ ਇੱਕ ਕਨਸੈਪਟ ਇੱਦਾਂ ਦਾ ਸੀ ਕਿ ਜਿਹੜਾ ਮੈਂ ਪਹਿਲਾਂ ਵੀ ਦੇਖਿਆ ਹੋਇਆ ਸੀ ਸੋ ਮੈਨੂੰ ਲੱਗਿਆ ਕਿ ਗੱਡੀ ਮੇਰੇ ਕੋਲ ਹੈਗੀ ਮੈਂ ਸ਼ਾਇਦ ਕੁਛ ਇੱਦਾਂ ਦਾ ਕਰ ਸਕਦਾ ਪਰ ਫੈਮਿਲੀ ਹਮੇਸ਼ਾ ਰਿਸਟ੍ਰਿਕਟ ਰਹਿੰਦੀ ਹੈ ਫੈਮਿਲੀ ਕਹਿੰਦੀ ਹੈ ਕਿ ਨਹੀਂ ਤੁਸੀਂ ਆਹ ਕੰਮ ਨਾ ਕਰੋ ਕਿਉਂਕਿ ਓਬਵੀਅਸਲੀ ਜਦੋਂ ਤੁਸੀਂ ਜੌਬ ਕਰ ਰਹੇ ਹੁੰਦੇ ਹੋ ਉਹ ਤੋਂ ਬਾਅਦ ਕੋਈ ਵੀ ਆਪਣਾ ਇੱਕ ਬਿਜ਼ਨਸ ਕਰਨਾ ਇੱਕ ਬੜਾ ਰਿਸਕੀ ਕੰਮ ਹੋ ਜਾਂਦਾ ਤੁਹਾਡਾ ਸੋ ਮੈਂ ਘਰਦਿਆਂ ਨੂੰ ਇਹ ਆਸ਼ਵਾਸਨ ਦਿੱਤਾ ਕਿ ਜਿੰਨਾ ਵੀ ਮੈਂ ਖਰਚਾ ਕਰੂੰਗਾ ਜ਼ਿਆਦਾ ਨਹੀਂ ਕਰੂੰਗਾ ਥੋੜ੍ਹਾ ਬਹੁਤਾ ਖਰਚਾ ਕਰਾਂਗਾ ਜਿਹਦਾ ਆਪਾਂ ਨੂੰ ਜ਼ਿਆਦਾ ਰਿਸਕ ਵੀ ਨਹੀਂ ਹੋਏਗਾ
ਜਿਹੜੀਆਂ ਵੀ ਚੀਜ਼ਾਂ ਅਸੀਂ ਘਰੇ ਬਣਾਉਂਦੇ ਹਾਂ ਉਹ ਸਾਰੀਆਂ ਸਾਡੇ ਮਸਾਲੇ ਜੋ ਵੀ ਹੈਗੇ ਨੇ ਵਧੀਆ ਮਸਾਲੇ ਅਸੀਂ ਵਰਤਦੇ ਹਾਂ, ਜਿਵੇਂ ਘਰੇ ਰੋਟੀ ਖਾਂਦੇ ਹਾਂ ਉੱਦਾਂ ਦਾ ਹੀ ਵਰਤਦੇ ਹਾਂ ਸਾਰਾ ਸਮਾਨ। ਸੋ ਇਹ ਸਾਰੀ ਚੀਜ਼ਾਂ ਅਸੀਂ ਵੀ ਖਾਂਦੇ ਹਾਂ, ਲੋਕਾਂ ਨੂੰ ਵੀ ਖਵਾਉਂਦੇ ਹਾਂ ਵਧੀਆ ਤਰੀਕੇ ਦੇ ਨਾਲ। ਅਤੇ ਉਹ ਤੋਂ ਬਾਅਦ ਇੱਧਰ ਆ ਜਾਂਦੀ ਹੈ ਜੀ ਕੜੀ। ਕੜੀ ਦਾ ਭਾਅ ਜੀ ਜਨਰਲੀ ਇਹ ਹੋ ਜਾਂਦਾ ਕਿ ਲੋਕਾਂ ਨੂੰ ਕੜੀ ਜਨਰਲੀ ਸਾਰੇ ਪਾਸੇ ਪਸੰਦ ਨਹੀਂ ਆਉਂਦੀ, ਪਰ ਸਾਡੀ ਇੱਦਾਂ ਦੀ ਕੜੀ ਹੈ ਜਦੋਂ ਦਾ ਅਸੀਂ ਕੰਮ ਸ਼ੁਰੂ ਕੀਤਾ ਹੋਇਆ ਇਹ ਕੜੀ ਸਾਰਿਆਂ ਨੂੰ ਹੀ ਪਸੰਦ ਆ ਰਹੀ ਹੈ ਭਾਅ ਜੀ, ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਬਣਾਈ ਦੀਆਂ ਇਹ ਚੀਜ਼ਾਂ ਸਾਰੀਆਂ ਘਰ ਦੇ ਵਿੱਚ, ਜੋ ਘਰ ਦੇ ਵਿੱਚ ਮਸਾਲੇ ਜਿਸ ਤਰ੍ਹਾਂ ਦੇ ਰਸੋਈ ਦੇ ਵਿੱਚ ਬਣਦਾ ਜੀ ਸਾਡੇ ਸਾਰਾ ਸਮਾਨ ਹੈ। ਅਤੇ ਉਸ ਤੋਂ ਬਾਅਦ ਆ ਜਾਂਦੇ ਆ ਸਰ ਇੱਧਰ ਚਾਵਲ, ਇਹ ਸਰ ਬਾਸਮਤੀ ਚਾਵਲ ਨੇ, ਵਧੀਆ ਕੁਆਲਿਟੀ ਦੇ A1 ਕੁਆਲਿਟੀ ਦੇ ਬਾਸਮਤੀ ਚਾਵਲ ਨੇ ਸਰ, ਇਹ ਵੀ ਉਹੀ ਚੀਜ਼ ਹੈ। ਸੋ ਇਹ ਤੋਂ ਬਾਅਦ ਆ ਜਾਂਦਾ ਸਰ ਸੈਨੇਟਾਈਜ਼ਰ, ਹੱਥ ਸੈਨੇਟਾਈਜ਼ ਕਰਨ ਲਈ। ਮੈਂ ਮੇਰੀ ਵਾਈਫ ਨੇ ਅਸੀਂ ਬਹਿ ਕੇ ਕਾਫੀ ਕੰਮ ਸਰਚ ਕੀਤੇ ਤੇ ਕਾਫੀ ਕੁਝ ਓਪਰਚੁਨਿਟੀ ਦੇਖਿਆ ਕਿ ਕਿਵੇਂ ਸ਼ੁਰੂ ਹੋ ਸਕਦਾ, ਕਿਵੇਂ ਸੈਟਅਪ ਸ਼ੁਰੂ ਹੋ ਸਕਦਾ। ਸੋ ਇਹ ਚਾਰੀ ਚੀਜ਼ਾਂ ਤੋਂ ਬਾਅਦ ਅਸੀਂ ਜਦੋਂ ਫਾਈਨਲੀ ਆਪਣਾ ਕੰਮ ਸ਼ੁਰੂ ਕੀਤਾ, ਇਹ ਪਹਿਲਾਂ ਮੈਂ ਕਿਸੇ ਹੋਰ ਮਾਰਕੀਟ ਦੇ ਵਿੱਚ ਸ਼ੁਰੂ ਕੀਤਾ ਸੀ, ਪਰ ਫਿਰ ਇਹ ਮੇਨ ਮਾਰਕੀਟ ਇੱਦਾਂ ਦੀ ਜਗ੍ਹਾ ਸੀ ਕਿ ਜਿੱਥੇ ਮੈਂ ਹਮੇਸ਼ਾ ਤੋਂ ਕਰਨਾ ਚਾਹੁੰਦਾ ਸੀ ਕੰਮ ਆਪਣਾ। ਸੋ ਇੱਥੇ ਜਦੋਂ ਮੈਂ ਆਇਆ, ਮੈਂ ਇੱਧਰ ਉੱਧਰ ਗੱਲਾਂ ਬਾਤਾਂ ਕੀਤੀਆਂ ਲੋਕਾਂ ਨਾਲ ਕਿ ਕਿੱਦਾਂ ਇੱਥੇ ਰਿਸਪੋਂਸ, ਕਿੱਦਾਂ ਕੰਮ, ਕਿੱਦਾਂ, ਕਿਉਂਕਿ ਇਸ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਅਤੇ ਮੈਂ ਚਾਹੁੰਦਾ ਸੀ, ਕਿਉਂਕਿ ਓਬਵੀਅਸਲੀ ਜਦੋਂ ਤੁਸੀਂ ਕੋਈ ਵੀ ਨਵਾਂ ਕੰਮ ਕਰਦੇ ਹੋ ਤੁਸੀਂ ਇੱਦਾਂ ਦੀ ਜਗ੍ਹਾ 'ਤੇ ਕਰਨਾ ਚਾਹੋਗੇ ਜਿੱਥੇ ਤੁਸੀਂ ਦਿਖਾਈ ਦਿਓ। ਸੋ ਇੱਦਾਂ ਹੀ ਇੱਥੇ ਖੜਨਾ ਸ਼ੁਰੂ ਕਰਤਾ, ਲੋਕਾਂ ਨੇ ਬਹੁਤ ਪਸੰਦ ਕੀਤਾ ਸਾਡਾ ਖਾਣਾ। ਸੋ ਹੁਣ ਮੈਨੂੰ ਮਹੀਨਾ ਹੋ ਚੁੱਕਿਆ ਜੀ ਇੱਥੋਂ ਕੰਮ ਸ਼ੁਰੂ ਕੀਤੇ ਹੋਏ। ਸੋ ਬਹੁਤ ਵਧੀਆ, ਪਰਮਾਤਮਾ ਦੀ ਕਿਰਪਾ ਨਾਲ ਵਧੀਆ ਚੱਲ ਰਿਹਾ ਜੀ ਆਪਣਾ ਸਾਰਾ ਕੁਛ।